ਮੈਂ ਡਾਕਟਰ ਜਸਵਿੰਦਰ। ਹਾਂਜੀ, ਇੱਕ ਪੇਸ਼ੈਂਟ ਆਇਆ ਤੁਹਾਡੇ ਕੋਲ ਸਕੂਲ ਦਾ, ਸਕੂਲੋਂ ਜਿਹੜਾ ਮਾਰਿਆ ਗਿਆ, ਕੁੱਟਮਾਰ ਕੀਤੀ ਗਈ ਬੱਚੇ ਨਾਲ, ਉਹਦੇ ਬਾਰੇ ਇਸ ਸਾਈਡ ਤੇ ਬਰੂਜ਼ ਹੈਗੇ ਆ, ਲੈਫਟ ਤੇ ਕਾਫੀ ਲੋਂਗ ਬਰੂਜ਼ ਹੈਗਾ, 11 ਸੈਂਟੀਮੀਟਰ ਤੋਂ 3 ਸੈਂਟੀਮੀਟਰ, ਬੈਕ ਤੇ 6 ਸੈਂਟੀਮੀਟਰ ਬਾਏ 2 ਸੈਂਟੀਮੀਟਰ ਬਰੂਜ਼ ਹੈਗਾ, ਰੈਡਿਸ਼ ਕਲਰ, ਤੇ ਰਾਈਟ ਸਾਈਡ ਤੇ 3 ਬਰੂਜ਼ ਹੈਗੇ ਆ। ਠੀਕ ਹੈ, ਅਪਰ ਮਿਡ ਐਂਡ ਲੋਅਰ ਤੇ ਪੇਸ਼ੈਂਟ ਫੀਲਿੰਗ ਪੇਨ ਫੀਲ ਕਰਦਾ ਪਿਆ, ਬਾਕੀ ਐਕਸਰੇ ਅਸੀਂ ਕਰਾ ਰਹੇ ਹਾਂ, ਐਡਵਾਈਸ ਕੀਤੇ ਹੈਗੇ। ਠੀਕ ਹੈ, ਮੇਰਾ ਨਾਂ ਰੇਸ਼ਮ ਸਿੰਘ ਹੈ ਜੀ, ਥਰਡ ਕਲਾਸ 'ਚ ਪੜ੍ਹਦੇ ਜੀ, ਨਾਮ ਇਹਦਾ ਜੋਗਨਪ੍ਰੀਤ ਸਿੰਘ ਹੈ ਜੀ। ਅਤੇ ਬੱਚੇ ਨੇ ਨੈੱਟ ਢਿੱਲਾ ਕੀਤਾ ਥੋੜ੍ਹਾ ਜਿਹਾ, ਫੁੱਟਬਾਲ ਵਾਲਾ ਜਿਹੜਾ ਆਲੇ ਦੁਆਲੇ ਗਰਾਊਂਡ ਲਾਇਆ ਹੁੰਦਾ ਵਾ, ਗਰਾਊਂਡ ਆਲੇ ਦੁਆਲੇ ਲਾਇਆ ਹੁੰਦਾ, ਅਤੇ ਇਹਨੇ ਕਿਤੇ ਸਰ ਨੇ ਕਿਤੇ ਦੂਰੋਂ ਦੇਖ ਲਿਆ ਕਿਤੇ, ਅਤੇ ਜਾ ਕੇ ਬੱਸ 'ਚ ਬੈਠ ਗਿਆ, ਬੱਸ 'ਚ ਉਤਾਰ ਕੇ ਬਾਈ ਗਰਾਊਂਡ 'ਚ ਲਿਆ ਕੇ ਸਾਰੇ ਬੱਚੇ ਇਕੱਠੇ ਕਰਕੇ ਅਤੇ ਸਾਰਿਆਂ ਸਾਹਮਣੇ ਕੁੱਟਿਆ। ਨਾਲ ਬੱਸ ਡਰਾਈਵਰ ਨੂੰ ਵੀ ਪਤਾ ਹੈ, ਬੱਸ ਡਰਾਈਵਰ ਵੀ ਉਹੀ ਉਹਨੂੰ ਪੁੱਛਿਆ ਕਿ ਹਾਂ ਰੋਂਦਾ ਕਿਉਂ, ਕਹਿੰਦੇ DB ਸਰ ਨੇ ਕੁੱਟਿਆ। ਅਤੇ ਫਿਰ ਬਹੁਤ ਰੋਵੇ, ਰੋਈ ਜਾਵੇ ਰੋਈ ਜਾਵੇ, ਅਤੇ ਅਸੀਂ ਹੋਇਆ ਕਿ ਦੱਸੇ ਨਾ ਪਹਿਲਾਂ, ਬਾਅਦ ਜਦੋਂ ਅਸੀਂ ਇਹਦੀ ਪੈਂਟ ਉਤਾਰ ਕੇ ਦੇਖੀ ਅਤੇ ਨੀਲ ਪਏ ਉਹਦੇ ਲੱਤਾਂ 'ਤੇ, ਗੱਲ ਤਾਂ ਵੀ ਅਸੀਂ ਤਾਂ ਗੱਲ ਚਲੋ ਉੱਦਾਂ ਹੀ ਬੱਚਿਆਂ ਬੱਚਿਆਂ ਦਾ ਕਦੇ ਹੋਇਆ ਹੋਣਾ ਮਾੜਾ ਮੋਟਾ, ਜੋ ਗੱਲ ਪੈਂਟ ਉਤਾਰੀ ਅਤੇ ਨੀਲ ਵੱਡੇ ਵੱਡੇ ਨੀਲ ਪਏ, ਅਤੇ ਫਿਰ ਰੋਈ ਰੋਈ ਧੜਕਣੇ ਦੀ ਫੁੱਲ ਤੇਜ਼ ਸੀ। DP ਦਾ ਨਾਮ ਹੁਣ ਮੇਰੇ ਚੇਤਾ ਨੇ ਯਾਦ ਨਹੀਂ ਮਿਲਦਾ, ਇਹ ਜੀ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਹੈ, ਮਜੀਠਾ ਬਾਈਪਾਸ 'ਤੇ, ਮਜੀਠਾ ਬਾਈ ਅਤੇ ਵੇਰਕਾ ਦੇ ਵਿਚਕਾਰ ਸੈਂਟਰ 'ਚ ਹੈ ਉੱਥੇ ਜੀ, ਮਜੀਠਾ ਬਾਈਪਾਸ। ਪੁਲਿਸ ਕੰਪਲੇਂਟ ਕੀਤੀ ਚੌਂਕੀ 'ਚ, ਅਸੀਂ ਗਏ ਹਾਂ ਜੀ ਮਾਤਾ ਭਾਗੋ ਚੌਂਕੀ 'ਚ, ਉੱਥੇ ਪੁਲਿਸ ਨੇ ਕੰਪਲੇਂਟ ਕਰਕੇ ਆਏ ਹਾਂ ਅਸੀਂ। ਰਾਜਵਿੰਦਰ ਸਿੰਘ ਇਸ ਸਕੂਲ ਦੇ ਮੈਂਬਰ ਇੰਚਾਰਜ ਆ। ਅਤੇ ਇਸ ਤਰ੍ਹਾਂ ਕਿ ਕੱਲ੍ਹ ਜੋ ਹਾਦਸਾ ਹੋਇਆ ਉਹ ਗਲਤ ਆ, ਬੱਚੇ ਨੇ ਇਹ ਕੀਤਾ ਕਿ ਜਿਹੜਾ ਵਾਲੀਬਾਲ ਦਾ ਨੈੱਟ ਆ ਉਹਨੂੰ ਕੱਟ ਦਿੱਤਾ ਸ਼ਰਾਰਤ ਨਾਲ ਕੱਟ ਕੇ। ਅਤੇ ਜਦੋਂ DP ਦੀ ਜ਼ਿੰਮੇਵਾਰੀ ਹੁੰਦੀ ਆ, DP ਨੇ ਪੁੱਛਿਆ ਵੀ ਇਹਨੇ ਕਿਹਨੇ ਕੱਟਿਆ, ਉਹਨੇ ਕਿਹਾ ਜੀ ਫਲਾਣੇ ਮੁੰਡੇ ਨੇ ਕੱਟਿਆ, ਨਾਂ ਲਿਆ ਕਿਸੇ ਦਾ, ਇਹਨੇ ਕਿਹਾ ਬੱਚੇ ਨੂੰ ਬੁਲਾਓ। ਬੱਚੇ ਨੂੰ ਬੁਲਾਉਣ ਗਏ ਅਤੇ ਬੱਚਾ ਜੋ ਮੈਨੂੰ ਇਹ ਦੱਸਦੇ ਆ ਦਫ਼ਤਰ ਵਾਲੇ ਜਾਂ ਬਾਕੀ ਦੇ ਦੱਸਦੇ ਆ ਕਿ ਉਹ ਬੱਚਾ ਜਾ ਕੇ ਅਤੇ ਆਪਣੇ ਵੈਨ 'ਚ ਬੈਠ ਗਿਆ। DP ਨੇ ਫਿਰ ਉਹਨੂੰ ਵੈਨ 'ਚ ਬੁਲਾਇਆ, ਲਿਆਓ, ਉਹਨੇ ਝਿੜਕਿਆ ਬੱਚਿਆਂ ਨੂੰ, ਝਿੜਕਿਆ, ਕੋਈ ਮਾਰਿਆ ਨਹੀਂ, ਕੋਈ ਕੁਝ ਨਹੀਂ ਕਿਹਾ। ਸਾਡੀਆਂ ਇਹਨਾਂ ਨੂੰ ਹਦਾਇਤਾਂ ਸਾਰੇ ਇੰਪਲਾਈ ਨੂੰ, ਸਾਰੀਆਂ ਟੀਚਰਾਂ ਨੂੰ ਕਿ ਕਿੰਨਾ ਬੱਚਾ ਕੋਈ ਸ਼ਰਾਰਤ ਕਰੇ, ਕੁਝ ਵਿਗਾੜ ਦੇਵੇ, ਅਸੀਂ ਉਹਨੂੰ ਮਾਰਨਾ ਨਹੀਂ। ਜੋ ਵਿਗਾੜੇ ਉਹਦੇ ਪੇਰੈਂਟਸ ਨੂੰ ਕਹਿਣਾ, ਉਹਨਾਂ ਨੂੰ ਪੇਰੈਂਟਸ ਨੂੰ ਇਹ ਕਹਿਣਾ ਵੀ ਇਸ ਆਪਣੇ ਬੱਚੇ ਨੂੰ ਸਵਾਰੋ। ਸਾਡਾ ਟੀਚਰ ਅੱਜ ਤੱਕ ਕੋਈ ਕਿਸੇ ਬੱਚੇ ਨੂੰ ਨਾ ਸੋਟੀ ਮਾਰਦਾ, ਨਾ ਚਪੇੜ ਮਾਰਦਾ, ਅਤੇ ਨਾ ਅੱਗੋਂ ਕਦੀ ਮਾਰੇਗਾ। ਫਿਜ਼ੀਕਲੀ ਉਹਦੇ ਸਟਿੱਕ ਦੇ ਨਿਸ਼ਾਨ ਪਏ ਹੋਏ ਆ ਬੱਚੇ ਦੇ, ਉਹ ਮਾਰਨ ਦੇ ਨਾਲ ਹੀ ਪੈ ਸਕਦੇ, ਉਸ ਤਰ੍ਹਾਂ ਦੇ ਪੈ ਨਹੀਂ ਸਕਦੇ ਸਰ। ਗੱਲ ਆ, ਬੱਚੇ ਸ਼ਰਾਰਤਾਂ ਨਾਲ ਕੋਈ ਨਿਸ਼ਾਨ ਪਾ ਲੈਂਦੇ ਅਤੇ ਪਾ ਲਿਆ ਹੋਏਗਾ, ਜੋ ਮੈਨੂੰ ਇੱਥੋਂ ਤੋਂ ਪਤਾ ਲੱਗਾ ਬਾਕੀਆਂ ਤੋਂ ਵੀ ਉਹਨੂੰ ਮਾਰਿਆ ਨਹੀਂ। ਬਾਕੀ ਗੱਲ ਇਹ ਆ, ਫਿਰ ਵੀ ਸਾਹਮਣੇ ਕਰਕੇ ਬੱਚਾ ਅਤੇ ਉਹਦੇ ਨੂੰ ਸਾਹਮਣੇ ਕਰ ਸਕਦੇ ਹਾਂ, DP ਨੂੰ ਸਾਹਮਣੇ ਕਰ ਸਕਦੇ ਹਾਂ, ਅਤੇ ਉਹਦੀ ਤੁਸੀਂ ਸਾਰੀ ਛਾਣਬੀਨ ਕਰ ਸਕਦੇ ਹੋ। ਸਰ ਉਹਨਾਂ ਦਾ ਕਹਿਣ ਤਾਂ ਮਤਲਬ ਬੱਚੇ ਨੂੰ ਸਟਿੱਕ ਦੇ ਨਾਲ ਮਾਰਿਆ ਗਿਆ। ਹਾਂਜੀ, ਸਟਿੱਕ ਨਾਲ ਨਹੀਂ ਮਾਰਿਆ, ਨਹੀਂ ਮਾਰਿਆ, ਨਹੀਂ ਮਾਰਿਆ, ਨਾ ਮਾਰਨ ਦਾ ਕੋਈ ਕੰਮ, ਸਟਿੱਕ ਰੱਖ ਹੀ ਨਹੀਂ ਸਕਦੇ। ਭਾਜੀ ਅਸੀਂ ਵੈਲਫੇਅਰ ਹਾਂ, ਇਹ ਸਾਡੇ ਆਪਣੇ ਬੱਚੇ ਆ, ਸਾਡੇ ਆਪਣੇ ਬੱਚਿਆਂ ਨਾਲ ਪਿਆਰੇ ਆ, ਅਸੀਂ ਇਹਨਾਂ ਨੂੰ ਜਦੋਂ ਕਦੇ ਮਿਲਦੇ, ਅਸੀਂ ਵੀ ਵੇਖੋ ਐਜ਼ ਏ ਮੈਂਬਰ ਇੰਚਾਰਜ ਆਪਾਂ ਬੱਚਿਆਂ ਨੂੰ ਮਿਲਦੇ ਹਾਂ, ਸਾਰਿਆਂ ਬੱਚਿਆਂ ਨੂੰ ਪਿਆਰ ਕਰਦੇ ਹਾਂ, ਗੱਲ ਨਾਲ ਲਾਉਂਦੇ ਹਾਂ। ਕੋਈ ਤੁਹਾਨੂੰ ਬੱਚਾ ਨਹੀਂ ਕਹਿ ਸਕਦਾ ਕਿ ਜਿੰਨੇ ਟੀਚਰਾਂ ਇਹਨਾਂ ਨਾਲ ਪਿਆਰ ਕਰਦੇ ਉਸ ਤੋਂ ਵੱਧ ਅਸੀਂ ਲੋਕ ਪਿਆਰ ਕਰਦੇ ਗਾਂ ਵੀ ਕਰਦੇ ਰਹਾਂਗੇ। ਇੱਕ ਬੱਚਾ ਬਹੁਤ ਲੈ ਕੇ ਹੁਣ ਰੈਕਟ ਚਾਹੀਦਾ 13,000 ਦਾ, ਸਕੂਲ ਤੋਂ ਲੈ ਕੇ ਦਿੱਤਾ 13,000 ਦਾ ਰੈਕਟ, ਮਾਪੇ ਨਹੀਂ ਲੈ ਸਕਦੇ ਉਹਨੂੰ, ਇੱਥੇ ਸਕੂਲ ਦੇ ਫੰਡ ਚੋਂ ਲੈ ਕੇ ਦਿੱਤਾ। ਸਗੋਂ ਸਾਡੇ ਮਾੜੇ ਬੱਚੇ, ਗਰੀਬ ਬੱਚਿਆਂ ਦੀ ਅਸੀਂ ਮਦਦ ਕਰਦੇ ਹਾਂ। ਤੁਸੀਂ ਦੇਖੋਗੇ ਸਾਡੇ ਕੋਲ 20 ਬੱਚੇ ਇਹੋ ਜਿਹੇ ਨੇ ਜਿਹੜੇ ਕੋਈ ਫੀਸ ਨਹੀਂ ਦੇ ਰਹੇ, ਜਿਨ੍ਹਾਂ ਨੂੰ ਮੁਫ਼ਤ ਪੜ੍ਹਾ ਰਹੇ ਹਾਂ, ਮੁਫ਼ਤ ਵਰਦੀਆਂ ਦੇ ਰਹੇ ਹਾਂ। ਠੀਕ ਹੈ, ਪੜ੍ਹਾਈ ਫਰੀ, ਵਰਦੀਆਂ ਫਰੀ ਅਤੇ ਕਿਤਾਬਾਂ ਫਰੀ। ਉਹ ਆਲਰੇਡੀ ਉਹਦਾ ਅਸੀਂ ਮੈਡੀਕਲ ਕਰਵਾਇਆ, ਮੈਡੀਕਲ ਮੁਤਾਬਕ ਜੋ ਰਿਪੋਰਟ ਆਊਗੀ ਸਾਨੂੰ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ।